ਕੀ ਮਿਲਣਾ ਸੀ ਤੇਰਾ ਪਿਆਰ ਵਫਾ ਸਭ ਝੂਠਾ ਦੁੱਖ ਲਗੋ ਕੇ ਕੀ ਮਿਲਣਾ ਸੀ ਕੀ ਯੋ ਲਾਈਵ ਨਾਓ। ਸਤਿ ਸ਼੍ਰੀ ਅਕਾਲ ਜੀ ਸਾਰੇ ਜਾਣਿਆਂ ਨੂੰ। ਇੱਕਦਮ ਲਾਈਵ ਆਉਣ ਦਾ ਮੂਡ ਬਣ ਗਿਆ ਕਿ ਪਹਿਲਾਂ ਮੈਂ ਪਾਉਣ ਲੱਗਾ ਜੀ ਸਟੋਰੀਆਂ, ਤੇ ਫਿਰ ਮੈਂ ਸੋਚਿਆ ਕਿ ਲਾਈਵ ਹੋ ਜਾਂਦੇ ਹਾਂ। ਸੋ ਰਾਕੇਸ਼ ਬਾਈ ਕਹਿੰਦਾ ਹਾਏ ਹੈਲੋ। ਜਿਵੇਂ ਕਿ ਤੁਸੀਂ ਸਾਰਿਆਂ ਨੇ ਰੋਂਦੀ ਗਾਣੇ ਦਾ ਪੋਸਟਰ ਵੇਖ ਹੀ ਲਿਆ ਹੋਣਾ ਜੀ, ਅਤੇ ਬਹੁਤ ਜ਼ਿਆਦਾ ਪਿਆਰੇ ਪਿਆਰੇ ਕਮੈਂਟਸ ਕਰ ਰਹੇ ਹੋ, ਤੁਸੀਂ ਸ਼ੇਅਰ ਕਰ ਰਹੇ ਹੋ। ਰੋਂਦੀ ਗਾਣਾ 3 ਜੁਲਾਈ ਨੂੰ ਆ ਰਿਹਾ ਜੀ, ਅਤੇ ਉਮੀਦ ਕਰਦਾ ਕਿ ਤੁਹਾਨੂੰ ਪੋਸਟਰ ਵਧੀਆ ਲੱਗਿਆ ਹੋਊਗਾ। ਰੋਂਦੀ ਗਾਣਾ ਇਜ਼ ਮੋਰ ਆਫ ਐਨ ਇਮੋਸ਼ਨ ਫੀਲਿੰਗ ਜੋ ਬੜੀ ਜੈਨੂਅਨ ਆ। ਇਹ ਮੇਰੀ ਆਪਦੀ ਹੀ ਸਟੋਰੀ ਵਰਗਾ ਹੀ ਗਾਣਾ, ਸੋ ਹਾਈਪੋਥੈਟੀਕਲ ਸਨੈਰੀਓ ਨਹੀਂ ਹੈਗਾ। ਅੱਜ ਰਾਤੀ ਸਾਡਾ ਸ਼ੋਅ ਹੈ ਜੀ ਗੁੜਗਾਓਂ, ਸੋ ਮੋਸਟ ਲਾਈਕਲੀ ਉੱਥੇ ਅਸੀਂ ਥੋੜ੍ਹਾ ਪਲੇ ਵੀ ਕਰਾਂਗੇ, ਉਹਦੀਆਂ ਵੀਡੀਓਜ਼ ਵੀ ਅੱਜ ਸ਼ਾਮੀ ਕੱਲ੍ਹ ਪਾ ਦਾਂਗੇ। ਅਤੇ ਮੈਂ ਉਮੀਦ ਕਰਦਾ ਤੁਹਾਨੂੰ ਗਾਣੇ ਦੇ 2 ਬੋਲ ਵਧੀਆ ਲੱਗਣਗੇ ਜਿਹੜੇ ਤੁਸੀਂ ਥੋੜ੍ਹੇ ਜਿਹਾ ਸੁਣੋਗੇ। ਐਂਡ 3 ਜੁਲਾਈ ਨੂੰ, ਜੋ ਕਿ ਮੇਰਾ ਬਰਥਡੇ ਆ, 3 ਜੁਲਾਈ ਨੂੰ ਗਾਣਾ ਆ ਰਿਹਾ ਜੀ ਰੋਂਦੀ। ਕਿੰਨੇ ਦਿਨ ਰਹਿ ਗਏ ਬੋਲਰ? 5 ਦਿਨ ਰਹਿ ਗਏ ਜੀ। ਬੜੀ ਲਾਸਟ ਮੂਮੈਂਟ ਅਨਾਊਂਸ ਕੀਤਾ ਸੀ, ਅਤੇ ਬਟ ਦੈਟਸ ਦ ਫਨ ਇਨ ਲਾਈਫ ਕਿ ਨਹੀਂ। ਹੋਰ ਮੈਂ ਤੁਹਾਨੂੰ ਗੱਲ ਕਹਿਣੀ ਸੀ ਕਿ ਮਿਊਜ਼ਿਕ ਕੀਤਾ ਜੀ ਗਾਣੇ ਦਾ ਸਾਡੇ ਛੋਟੇ ਭਰਾ ਐਮ ਵੀ ਨੇ, ਅਤੇ ਮੈਨੂੰ ਇੱਕ ਕਮੈਂਟ ਮੈਂ ਕਿਤੇ ਪੜ੍ਹਿਆ, ਕਹਿੰਦਾ ਬਾਈ ਦੇਸੀ ਗਰੂ ਨੇ ਨਹੀਂ ਕੀਤਾ। ਦੇਸੀ ਗਰੂ ਨਾਲ ਮੇਰਾ ਰਿਸ਼ਤਾ ਬਹੁਤ ਪਿਆਰਾ ਅਤੇ ਡੂੰਘਾ, ਉਹ ਗਾਣਿਆਂ ਤੱਕ ਸੀਮਿਤ ਨਹੀਂ ਹੈਗਾ। ਉਹਦਾ ਕੁਦਰਤੀ ਜਦੋਂ ਮੈਂ ਪਿੱਛੇ ਜੇ ਬੈੱਡ ਰੈਸਟ 'ਤੇ ਸੀਗਾ, ਘਰੇ ਸੀਗਾ, ਅਤੇ ਅਸੀਂ ਵਿਹਲੇ ਬੈਠੇ ਹੁੰਦੇ ਸੀ, ਮੈਂ ਇੱਕ ਦਿਨ ਐਮ ਵੀ ਨੂੰ ਬੁਲਾ ਲਿਆ। ਲਾਡੀ ਦੇ ਗਾਣੇ ਕਰ ਰਹੇ ਸੀ ਅਤੇ ਮੈਂ ਗਾਣੇ ਦੀ ਡਬਿੰਗ ਕਰਤੀ ਅਤੇ ਗਾਣਾ ਵਧੀਆ ਬਣ ਗਿਆ। ਸੋ ਇਹ ਗਾਣਾ ਕਰਨ ਲਈ ਮੈਨੂੰ ਗੋਲਡੀ ਵੀਰੇ ਨੇ ਕਿਹਾ, ਕਿਉਂਕਿ ਸਾਡਾ ਇੱਕ ਹੋਰ ਗਾਣਾ ਬਣਿਆ ਹੋਇਆ ਸੀਗਾ ਦੇਸੀ ਗਰੂ ਨਾਲ, ਪਰ ਗੋਲਡੀ ਵੀਰਾ ਕਹਿੰਦਾ ਤੂੰ ਸਾਈਡ ਕਰ ਲਾ, ਵਧੀਆ ਬਣ ਗਿਆ। ਸੋ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਕਿ ਦੇਸੀ ਗਰੂ ਨੇ ਨਹੀਂ ਗਾਣਾ ਕੀਤਾ। ਗੋਲਡੀ ਸੱਤਾਂ ਮੇਰੀਆਂ ਜਾਨਾਂ ਨੇ, ਮੇਰੇ ਵੱਡੇ ਭਰਾ ਨੇ, ਐਮ ਵੀ ਛੋਟਾ ਭਰਾ, ਅਤੇ ਗਾਣਾ ਲਿਖਿਆ ਜੀ ਸਨੀ ਡੱਬ ਵੀਰੇ ਨੇ, ਅਤੇ ਮੈਂ ਵੀਰੇ ਨੂੰ ਪਰਸਨਲੀ ਨਹੀਂ ਜਾਣਦਾ, ਇਹ ਮੈਨੂੰ ਐਮ ਵੀ ਨੇ ਗਾਣਾ ਸੁਣਾਇਆ ਸੀਗਾ। ਅਤੇ ਇਹ ਗਾਣਾ ਵੀ ਜਿਹੜੀ ਪ੍ਰੋਜੈਕਟ ਬਿਲਡਿੰਗ ਹੈ ਅਤੇ ਜੋ ਵੀ ਗਾਣੇ ਦੀਆਂ ਬਿਜ਼ਨਸ ਸਾਈਡਸ ਨੇ, ਉਹ ਸਾਰੀਆਂ ਸੁਖਨ ਨੇ ਵੇਖੀਆਂ ਨੇ। ਸੋ ਸੁਖਨ ਨੂੰ ਪ੍ਰੈਜੈਂਟੇਸ਼ਨ ਦੀ ਆ ਕੋਂਗਰੈਚੁਲੇਸ਼ਨ, ਨਾਲ ਸਾਡਾ ਛੋਟਾ ਭਰਾ ਸਚਿਨ, ਦਿਨੇਸ਼ ਵੀਰ ਦਾ ਛੋਟਾ ਭਰਾ। ਸੋ ਦੀਸ ਯੰਗ ਬਲੋਕਸ ਹੈਵ ਡਨ ਦੇ ਬਿਟਸ ਇਨ ਦੈਟ, ਅਤੇ ਮੈਂ ਆਈ ਥਿੰਕ ਬਹੁਤ ਦੇਰ ਬਾਅਦ ਜਸਟ ਆਰਟਿਸਟਿਕ ਹੀ ਐਸਪੈਕਟ ਸਾਂਭਿਆ ਗਾਣੇ ਦਾ, ਅਤੇ ਵੀਡੀਓ ਅਤੇ ਕੀ ਕਹਿੰਦੇ ਨੇ ਆਪਣਾ, ਮੈਂ ਗਾਉਣ 'ਤੇ ਧਿਆਨ ਦਿੱਤਾ ਬੋਲਰ। ਰਿਪਲਾਈ ਕਰ ਰਿਹਾ ਜੀ ਏ ਕੇ ਸੰਧੂ ਵੀਰਾ।